ਰਾਮਾ ਮੰਡੀ ਵਿੱਚ ਪੰਜਾਬ ਕੇਸਰੀ ਔਰ ਜਗਬਾਣੀ ਦੇ ਸੀਨੀਅਰ ਪੱਤਰਕਾਰ ਸਰਦਾਰ ਪਰਮਜੀਤ ਸਿੰਘ ਜੀ ਲਹਿਰੀ ਔਰ ਹੈਲਪੇਅਰ ਹੈਲਪਲਾਈਨ ਵੈਲਫੇਅਰ ਸੁਸਾਇਟੀ ਰਾਮਾ ਵੱਲੋਂ ਲਾਲਾ ਜਗਤ ਨਾਰਾਇਣ ਜੀ ਦਾ 41ਵਾਂ ਬਲਦਾਨ ਦਿਵਸ ਮਨਾਇਆ ਜਾ ਰਿਹਾ ਹੈਗਾ ਔਰ ਇਸ ਪ੍ਰੋਗਰਾਮ ਦੇ ਵਿੱਚ ਰਾਮਾ ਮੰਡੀ ਦੇ ਐਸ ਐਚ ਓ ਸਰਦਾਰ ਹਰਜੋਤ ਸਿੰਘ ਜੀ ਮਾਨ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ ਹੈ ਔਰ ਇਸ ਦੇ ਨਾਲ ਹੀ ਲਾਲਾ ਜਗਤ ਨਾਰਾਇਣ ਦੀ ਇੱਕ ਬਹੁਤ ਹੀ ਸੁੰਦਰ ਜਿਹੀ ਪ੍ਰਤਿਮਾ ਉਹ ਰਾਮਾ ਮੰਡੀ ਦੇ ਆਰਟਿਸਟ ਰਾਮਪਾਲ ਜੀ ਵੈਣੀ왈 ਜੀ ਵੱਲੋਂ ਤਿਆਰ ਕੀਤੀ ਗਈ ਹੈ ਰਾਮਾ ਮੰਡੀ ਦੀਆਂ ਬਹੁਤ ਸਾਰੀਆਂ ਸਨਮਾਨਜਨਕ ਸ਼ਖਸੀਤਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਔਰ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾ ਦੇ ਫੁੱਲ ਜੋ ਅਰਪਣ ਕੀਤੇ ਹੈਗੇ ਸੋ ਇੱਥੇ ਪਹੁੰਚਦੇ ਮੈਂ ਸਾਰੀਆਂ ਹੀ ਸਨਮਾਨਜਨਕ ਸ਼ਖਸੀਤਾਂ ਨੂੰ ਔਰ ਮੰਡੀ ਨਿਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂਗਾ ਔਰ ਉਮੀਦ ਕਰਦਾ ਕਿ ਜੋ ਲਾਲਾ ਜੀ ਦੇ ਵਿਚਾਰ ਸੀ ਔਰ ਜੋ ਉਹਨਾਂ ਦੀ ਵਿਚਾਰਧਾਰਾ ਸੀ ਅਸੀਂ ਉਹਨਾਂ ਦੇ ਉੱਤੇ ਚੱਲਦੇ ਰਵਾਂਗੇ ਔਰ ਇਸੇ ਤਰ੍ਹਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਰਵਾਂਗੇ ਸੋ ਇੱਕ ਵਾਰ ਫੇਰ ਤੋਂ ਇੱਥੇ ਪਹੁੰਚਣ ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲਾਲ ਜਗਤ ਨਾਰਾਇਣ ਜੀ ਦਾ 41ਵ ਔਰ ਇਸ ਵਿੱਚ ਮੈਂ ਇੱਕ ਬਤੌਰ ਆਰਟਿਸਟ ਜੋ ਪੇਸ਼ਕਾਰੀ ਕੀਤੀ ਨਿਰੋਲ ਸੋਪ ਨਾਲ ਇਹ ਮਾਡਲ ਬਣਾਇਆ ਔਰ ਮੈਂ ਧੰਨਵਾਦੀਆਂ ਪਰਮਜੀਤ ਜੀ ਲਹਿਰੀ ਔਰ ਜਿਨ੍ਹਾਂ ਨੇ ਮਤਲਬ ਜੋ ਬਖੂਬੀ ਆਪਣੀ ਪੱਤਰਕਾਰੀ ਨਿਮਾਉਂਦੇ ਆ ਰਹੇ ਨੇ ਔਰ ਮੈਨੂੰ ਵੀ ਬੜਾ ਸਹਿਯੋਗ ਦਿੰਦੇ ਆ ਰਹੇ ਨੇ ਤੇ ਸਹਿਯੋਗ ਸਦਕਾ ਮੈਂ ਜੋ ਕੁਝ ਆਰਟ ਕਰ ਰਿਹਾ ਔਰ ਮੈਂ ਇਹਨਾਂ ਦਾ ਬਹੁਤ ਧੰਨਵਾਦ ਆ ਔਰ ਸਮੂਹ ਚੋਪੜਾ ਪਰਿਵਾਰ ਜੀ ਦਾ ਜੋ ਮਤਲਬ ਇਹਨਾਂ ਨੂੰ ਬੜਾ ਸਮਾਜ ਨੂੰ ਦੇ ਰਹੇ ਨੇ ਬਹੁਤ ਕੁਝ ਔਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਲਾਲਾ ਜਗਤ ਨਾਰਾਇਣ ਜੀ ਦੇ 41ਵੇਂ ਬਿਲਦਾਨ ਦਿਵਸ ਤੇ ਮੈ ਹੈਲਪਲਾਈਨ ਟੀਮ ਬਣਿਓ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਰੱਖਿਆ ਗਿਆ ਨੂੰ ਸ਼ਦਾਰਦਨੀ ਦੇ ਵਿੱਚ ਸ਼੍ਰੀ ਸ਼੍ਰਾਮਪਾਲ ਬੈਣੀਵਾਲ ਜੀ ਤੇ ਪੱਤਰਕਾਰ ਪਰਮਜੀਤ ਜੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੋ ਕਿ ਹਰ ਸਾਲ ਲਾਲਾ ਜਗਤ ਨਾਰਾਇਣ ਜੀ ਦੇ ਬਿਲਦਾਨ ਦਿਵਸ ਨੂੰ ਯਾਦ ਕਰਦੇ ਆ ਜਗਤ ਨਾਰਾਇਣ ਜੀ ਦਾ ਸ਼ੀਦੀ ਦੇਸਾ ਤੇ ਜੋ ਕਿ ਪਰਮਜੀਤ ਪੱਤਰਕਾਰ ਪੰਜਾਬ ਕੇ ਜਗ ਬਾਣੀ ਦੇ ਸਹਿਯੋਗ ਨਾਲ ਇਹ ਵੱਡਾ ਪ੍ਰਾਲਾ ਕੀਤਾ ਜਿਹੜਾ ਇਹਦਾ ਜਿਹੜਾ ਬਣਾਇਆਗਾ ਲਾਲਾ ਜਗਤ ਨਾਰਾਇਣ ਜੀ ਦਾ ਕਾਰਟੂਨਿਸਟ ਇਹ ਰਾਮਪਾਲ ਬਹਿਨੀਵਾਲ ਜਿਹੜੇ ਕਿ ਬੜੇ ਇਨ੍ਹਾਂ ਕੰਮਾਂ ਦੇ ਵਿੱਚ ਡੂੰਗਾ ਧਿਆਨ ਸਹਿਯੋਗ ਕਰਦੇ ਨੇ ਤੇ ਤੀਜਾ ਜਿਹੜਾ ਇਹਦੇ ਵਿੱਚ ਹੈਲਪ ਲਾਈਨ ਬੈਵਿਲੇਰੀ ਹੈਲਪਰਨ ਕਲੱਬ ਦੇ ਪ੍ਰਧਾਨ ਉਹਨਾਂ ਦਾ ਵੀ ਵੱਡਾ ਸਹਿਯੋਗ ਹੈ ਇਹ ਇਨਾਂ ਸਾਰਿਆਂ ਦਾ ਮੈਂ ਇੱਥੇ ਆਇਆਂ ਨੂੰ ਧੰਨਵਾਦ ਕਰਦਾ ਸੋਸਾਇਟੀ ਵੱਲੋਂ ਜਿਹੜਾ ਇਹ ਸ਼ਹੀਦੇ ਜਗਤ ਨਾਰਾਇਣ ਜੀ ਦੀ ਜਿਹੜੀ ਹੈਗੀ 41ਵੀਂ ਜਿਹੜੀ ਵਰਸੀ ਦੇ ਮੌਕੇ ਤੇ ਰੰਧਾਂਦਲੀ ਦੇ ਜਿਹੜਾ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ ਜੋ ਕੀ ਹੈਗੇ ਵੱਖ-ਵੱਖ ਬੁਲਾਰਿਆਂ ਵੱਲੋਂ ਉਹਨਾਂ ਦੇ ਜਿਹੜੇ ਵਿਚਾਰ ਹੈਗੇ ਸਾਂਝੇ ਕੀਤੇ ਗਏ ਉਹਨਾਂ ਤੇ ਜਿਹੜਾ ਚੱਲਣ ਦੀ ਜਿਹੜੀ ਹੈ ਸਹਿਦ ਦਿੱਤੀ ਗਈ ਮੈਂ ਵੀ ਇਹੀ ਸਾਰਿਆਂ ਨੂੰ ਅਪੀਲ ਕਰਦਾ ਜੋ ਜਗਤ ਨਾਰਾਇਣ ਜੀ ਸੀ ਉਹਨਾਂ ਦੇ ਜਿਹੜੇ ਵੀ ਪੂਰਨੇ ਪਾਏ ਹੋਏ ਨੇ ਆਪਾਂ ਉਹਨਾਂ ਤੇ ਚੱਲੀਏ ਤੇ ਸਮਾਜ ਨੂੰ ਇੱਕ ਚੰਗੀ ਸਿਹਤ ਦਈਏ ਇੱਕ ਵਧੀਆ ਸਮਾਜ ਸਰਜੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।